ਸਤਿ ਸ਼੍ਰੀ ਅਕਾਲ ਫਰੈਂਡ, ਸਾਡੀ ਅੱਜ ਦੀ ਕਹਾਣੀ ਹੈ ਬਲਦੀ ਹੋਈ ਮੋਮਬੱਤੀ। ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ। ਸਕੂਲ ਦੀ ਕੰਧ 'ਤੇ ਪੇਂਟਰ ਨਵਾਂ ਮਾਟੋ ਲਿਖ ਰਿਹਾ ਸੀ। ਅਧਿਆਪਕ, ਬਲਦੀ ਹੋਈ ਮੋਮਬੱਤੀ ਦੀ ਤਰ੍ਹਾਂ ਹੁੰਦਾ ਹੈ ਜੋ ਵਿਦਿਆਰਥੀਆਂ ਨੂੰ ਵਿੱਦਿਆ ਰੂਪੀ ਚਾਨਣ ਵੰਡਦਾ ਹੀ ਰਹਿੰਦਾ। ਸਾਹਮਣੇ 5ਵੀਂ ਕਲਾਸ ਲੱਗੀ ਹੋਈ ਸੀ। ਰਾਧਾ ਮੈਡਮ 5ਵੀਂ ਕਲਾਸ 'ਚ ਪੜ੍ਹਦੀ ਬੇਟੀ ਨੂੰ ਵੀ ਨਾਲ ਲੈ ਹੀ ਆਉਂਦੀ। ਉਹ ਸ਼ਹਿਰ ਦੇ ਅੰਗਰੇਜ਼ੀ ਮਾਰਕਾ ਸਕੂਲ ਵਿੱਚ ਪੜ੍ਹਦੀ ਸੀ। ਉਹਦੇ ਸਕੂਲ ਤਾਂ 15 ਦਿਨਾਂ ਤੋਂ ਬੰਦ ਸਨ। ਘਰੇ ਪੜ੍ਹਾਉਣ ਦਾ ਉਹਨੂੰ ਸਮਾਂ ਨਾ ਮਿਲਦਾ ਅਤੇ ਇੱਥੇ ਤਾਂ ਸਮਾਂ ਹੀ ਸਮਾਂ ਹੁੰਦਾ ਸੀ। ਨਾ ਇੱਥੇ DEO ਦੇ ਛਾਪੇ ਦਾ ਡਰ, ਨਾ ਪਿੰਡ ਦੇ ਭੋਲੇ ਭਾਲੇ ਲੋਕਾਂ ਦਾ। ਹੈੱਡ ਮਾਸਟਰ ਨੂੰ ਤਾਂ ਉਹ ਮਿੱਠੀ ਪਿਆਰੀ ਘੂਰੀ ਵੱਟਦੀ ਅਤੇ ਉਹ ਮੋਮਬੱਤੀ ਵਾਂਗ ਪਿਘਲ ਜਾਂਦਾ। ਸਵੇਰੇ ਆਉਂਦਿਆਂ ਹੀ ਬੱਚਿਆਂ ਤੋਂ ਦੂਜੀ ਕੁਰਸੀ ਮੰਗਵਾ ਕੇ ਕੁੜੀ ਨੂੰ ਨਾਲ ਹੀ ਬਿਠਾ ਲੈਂਦੀ। ਫਿਰ ਸਾਰਾ ਦਿਨ ਚੱਲ ਸੋ ਚੱਲ ਪੜ੍ਹਾਉਂਦਿਆਂ ਜਿਵੇਂ ਉਹਨੂੰ ਨਸ਼ਾ ਹੀ ਹੋ ਜਾਂਦਾ ਸੀ। ਉਹਨੇ ਧਿਆਇਆ ਹੋਇਆ ਸੀ 15 ਦਿਨਾਂ 'ਚ ਉਹ ਬੇਟੀ ਦੀ ਚੰਗੀ ਰਿਵੀਜ਼ਨ ਕਰਵਾ ਕੇ ਉਹਨੂੰ ਕਲਾਸ 'ਚੋਂ A1 ਕਰ ਦੇਵੇਗੀ। ਹੇਠਾਂ ਤੱਪਣਾਂ 'ਤੇ ਬੈਠੇ ਕਲਾਸ ਦੇ ਬੱਚੇ ਉਹਨਾਂ ਵੱਲ ਘੂਰ ਘੂਰ ਵੇਖੀ ਜਾਂਦੇ। ਦੋਹਾਂ ਦੀ ਅੰਗਰੇਜ਼ੀ ਵਿੱਚ ਗਿੱਟ ਮਿੱਟ ਨੂੰ ਮੂੰਹਾਂ 'ਚ ਉਂਗਲਾਂ ਪਾਈ ਹੈਰਾਨੀ ਨਾਲ ਦੇਖਦੇ, ਜਿਵੇਂ ਉਹ ਦੋਵੇਂ ਜਾਣੀਆਂ ਕਿਸੇ ਹੋਰ ਦੁਨੀਆਂ ਤੋਂ ਆਈਆਂ ਹੁਣ। ਸੋਚੀ ਜਾਂਦੇ, ਮੈਡਮ ਕਦੇ ਇਹੋ ਜਿਹੇ ਸ਼ਬਦਾਂ ਦਾ ਸੁਆਦਲਾ ਚੋਗਾ ਕਦੇ ਸਾਡੇ ਵੀ ਦਿਮਾਗਾਂ ਵਿੱਚ ਪਾਵੇਗੀ। ਪਰ ਉਹ ਤਾਂ ਰੋਜ਼ ਮਿਡ ਡੇ ਮੀਲ ਵਾਲਾ ਲੰਗਰ ਖਾ ਕੇ ਹੀ ਘਰੇ ਚਲੇ ਜਾਂਦੇ। ਪਰ ਮੈਡਮ ਦੇ ਡਰ ਤੋਂ ਮੂੰਹ ਬੰਦ ਕਰੀ ਬੈਠੇ ਇਹ ਭੋਲੇ ਬੱਚੇ ਅੱਜ ਅੱਕੇ ਹੋਏ ਰੌਲਾ ਪਾਉਣ ਲੱਗ ਪਏ। ਮੈਡਮ ਦੀ ਬਿਰਤੀ ਟੁੱਟ ਗਈ, ਉਸਨੂੰ ਗੁੱਸਾ ਆ ਗਿਆ। ਪੜ੍ਹਾਈ ਵੇਲੇ ਸ਼ੋਰ ਅਤੇ ਵਿਘਨ ਉਹਨੂੰ ਰਤਾ ਪਸੰਦ ਨਹੀਂ। ਉੱਠੀ ਅਤੇ ਥੱਪੜ ਉਹਨਾਂ ਦੀਆਂ ਗੱਲਾਂ 'ਚ ਸੇਕ ਕੱਢਣ ਲੱਗ ਪਏ। ਮੈਡਮ ਦੀ ਬੇਟੀ ਤਾੜੀਆਂ ਮਾਰ ਕੇ ਹੱਸਣ ਲੱਗ ਪਈ। ਚੁੱਪ ਕਰਕੇ ਬੈਠੋ ਨਲੈ ਕਿਸੇ ਥਾਂ ਦੇ, ਨਾ ਪੜ੍ਹਨਾ ਨਾ ਕਿਸੇ ਨੂੰ ਪੜ੍ਹਨ ਦੇਣਾ, ਆ ਜਾਂਦੇ ਨੇ ਇੱਥੇ ਢੀਠ ਜਿਹੇ। ਬੁਰਸ਼ ਫੇਰ ਰਹੇ ਪੇਂਟਰ ਸਭ ਕੁਝ ਦੇਖ ਰਿਹਾ ਸੀ। ਉਸਨੂੰ ਜਾਪਿਆ, ਇਹ ਮੈਡਮ ਮੋਮਬੱਤੀ ਵਾਂਗੂ ਬਾਲ ਤਾਂ ਰਹੀ ਹੈ, ਪਰ ਇਹਦੇ ਚਾਨਣ ਦਾ ਸਾਰਾ ਜ਼ੋਰ ਆਪਣੇ ਆਪ ਨੂੰ ਰਸ਼ਰਾਉਣ ਲਈ ਹੀ ਲੱਗ ਰਿਹਾ ਸੀ। ਆਲੇ ਦੁਆਲੇ ਨੂੰ ਤਾਂ ਜਿਵੇਂ ਉਹ ਹਨੇਰ ਹੀ ਬਖਸ਼ ਰਹੀ ਸੀ। ਥੈਂਕ ਯੂ। ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫੋਰ ਮੋਰ ਵੀਡੀਓਜ਼। ਪਲੀਜ਼ ਲਾਈਕ ਐਂਡ ਸ਼ੇਅਰ।